ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣ? ਠੀਕ ਠਾਕ ਵਧੀਆ। ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਠੀਕ ਠਾਕ ਹੋਵੋਗੇ। ਤੇ ਉਮੀਦ ਕਰਦੇ ਆ ਕਿ ਤੁਸੀਂ ਸਾਡੀਆਂ ਸਾਰੇ ਜਣੇ ਵੀਡੀਓ ਦੇਖਦੇ ਹੋਵੋਗੇ। ਤੇ ਪਲੀਜ਼ ਸੌਰੀ ਆ ਜੀ, 2 ਦਿਨ ਤੋਂ ਮੈਂ ਕੋਈ ਵੀਡੀਓ ਨਹੀਂ ਪਈ। ਮੇਰੀ ਕੁਛ ਤਬੀਅਤ ਠੀਕ ਨਹੀਂ ਸੀ, ਮਤਲਬ ਕਿ ਮੇਰਾ ਸਿਰ ਦਰਦ ਬਹੁਤ ਹੋ ਰਿਹਾ ਸੀ, ਅੱਖ ਵੀ ਮੇਰੀ ਇਸ ਸਾਈਡ ਵੱਲ ਜਿਹੜੀ ਆ ਬਹੁਤ ਖਰਾਬ ਹੋਈ ਸੀ। ਤੇ ਇਸ ਕਰਕੇ ਜਿਹੜੀ ਆਪਣੀ ਵੀਡੀਓ ਨਹੀਂ ਬਣੀ। ਅਤੇ ਮੈਂ ਸੋਚਿਆ ਵੀ ਕਿਉਂ ਨਾ ਅੱਜ ਇੱਕ ਛੋਟਾ ਜਿਹਾ ਵਲੌਗ ਬਣਾ ਕੇ ਪਾ ਲਈਏ। ਕੋਈ ਘਰ ਦੇ ਕੰਮ ਦੀ ਵੀਡੀਓ ਨਹੀਂ ਬਣਾਵਾਂਗੇ, ਸਿਰਫ ਅੱਜ ਨੋਰਮਲ ਛੋਟੀ ਮੋਟੀ ਗੱਲਬਾਤ ਅਤੇ ਕਮੈਂਟ 'ਤੇ ਕਰਾਂਗੇ। ਇੱਕ ਵੀਰ ਆ, ਪਤਾ ਨਹੀਂ ਹੁਣ ਵੀਰ ਆ ਕਿ ਭੈਣ ਆ, ਢਿੱਲੋ ਫਿਲੀਪੀਨਸ ਵਾਲਾ ਵਾ, ਵਾਲੇ ਲਿਖਿਆ ਉਹਨੇ, ਢਿੱਲੋ ਫਿਲੀਪੀਨਸ ਵਾਲੇ ਆ। ਅਤੇ ਉਹਨਾਂ ਨੇ ਕਮੈਂਟ ਕੀਤਾ, ਤੁਸੀਂ ਐਡੇ ਐਡੀਆਂ ਐਨਕਾਂ ਲਾਈਆਂ ਆ ਅਤੇ ਮਾਸਾ ਨਹੀਂ ਚੰਗੇ ਲੱਗਦੇ ਫਲਾਉਣਾ ਠੀਕ ਆ। ਅਤੇ ਬਾਕੀ ਕੋਈ ਗੱਲ ਨਹੀਂ ਜੀ, ਉਹ ਸਿਰਫ ਇਹ ਉਸੇ ਵੀਰ ਨੂੰ ਵਾਸਤੇ ਹੀ ਆ, ਕਿਉਂਕਿ ਜਿਹਨਾਂ ਨੇ ਮੈਨੂੰ ਕਮੈਂਟ ਕੀਤਾ। ਬਾਕੀ ਵੀਰ ਮੇਰੀ ਆਈ ਸਾਈਡ ਵੀਕ ਆ, ਇਸ ਕਰਕੇ ਮੈਂ ਲਾਈਆਂ ਆ। ਬਾਕੀ ਵੀਰ ਮੇਰੇ, ਤੂੰ ਮੈਨੂੰ ਕੋਈ ਪੈਸੇ ਖਰਚ ਕੇ ਐਨਕਾਂ ਲੈ ਕੇ ਨਹੀਂ ਦਿੱਤੀਆਂ, ਵੀ ਜਿਹੜਾ ਤੈਨੂੰ ਇੰਨਾ ਦੁੱਖ ਹੋਇਆ ਹੋਵੇ, ਠੀਕ ਹੈ ਨਾ, ਤੇਰੀ ਜੇਬ 'ਚ ਕੋਈ ਪੈਸਾ ਨਹੀਂ ਗਿਆ। ਅਤੇ ਤੁਸੀਂ ਮੇਰੇ ਵੀਰ ਕੋਈ ਪੈਸਾ ਨਹੀਂ ਖਰਚਿਆ, ਕੋਈ ਕੁਛ ਨਹੀਂ ਕੀਤਾ, ਮੈਂ ਆਪਣੇ ਹੀ ਪੈਸੇ ਆਪਣੇ ਕੋਲੋਂ ਖਰਚੇ ਆ, ਆਪਣੇ ਹਸਬੈਂਡ ਦੇ ਕੋਲੋਂ ਲਏ ਆ, ਅਤੇ ਮੈਂ ਜਿਹੜੇ ਆ ਪੈਸੇ ਖਰਚੇ ਆ, ਠੀਕ ਹੈ ਨਾ। ਇੰਨਾ ਦੁੱਖ ਨਾ ਕਰਿਆ ਕਰ, ਕੋਈ ਗੱਲ ਨਹੀਂ, ਆਪਣੇ ਮਾਂ ਪਿਓ ਨੂੰ ਦਿਓ, ਆਪਣੇ ਭੈਣ ਭਰਾ ਨੂੰ ਦੇ ਖਰਚਣ ਵਾਸਤੇ, ਠੀਕ ਹੈ ਨਾ। ਅਤੇ ਸਾਡੀਆਂ ਐਨਕਾਂ ਦਾ ਐਡਾ ਦੁੱਖ ਨਾ ਕਰ, ਸਾਡੇ ਕੋਲ ਹੈਗੀਆਂ ਵਾ, ਕੀ ਪਤਾ ਅਸੀਂ ਇੱਥੋਂ ਹੀ ਨਹੀਂ ਵੱਧ ਹੋਰ ਲਾਉਣੀਆਂ, ਅਤੇ ਤੈਨੂੰ ਹੋਰ ਸ਼ਾਇਦ ਦੁੱਖ ਆਉਣਾ ਆ, ਠੀਕ ਹੈ ਨਾ। ਅਸੀਂ ਤਾਂ ਲਾਵਾਂਗੇ ਜਿੰਨਾ ਤੇ ਤੂੰ ਸੜ ਹੁੰਦਾ ਵੀਰ, ਕੋਈ ਨਹੀਂ, ਸੜੀ ਜਾ, ਕੋਈ ਗੱਲ ਨਹੀਂ, ਤੇਰੇ ਵਰਗੇ ਦੀ ਪਰਵਾਹ ਨਹੀਂ ਕਰੀਦੀ, ਠੀਕ ਆ। ਜੇ ਤੇਰੇ ਵਰਗੇ ਦੀ ਪਰਵਾਹ ਕਰੀਏ ਨਾ, ਫਿਰ ਤਾਂ ਭੁੱਖੇ ਮਰ ਜਾਂਗੇ। ਆਪਾਂ ਨਹੀਂ ਕਰਦੇ ਪਰਵਾਹ, ਅਤੇ ਆਪਣਾ ਕੰਮ ਕਰਾਂਗੇ, ਆਪਣੇ ਮਿਹਨਤ ਕਰੀਦੀ ਆ, ਭਾਵੇਂ ਯੂਟਿਊਬ ਦੇ ਉੱਤੇ ਕਰੀਦੀ ਆ, ਠੀਕ ਆ ਨਾ। ਅਤੇ ਕੋਈ ਐਡਾ ਵੀ ਫ੍ਰੀ ਨਹੀਂ ਹੁੰਦਾ ਵੀ, ਠੀਕ ਆ ਨਾ। ਅਤੇ ਇਹ ਬਸ ਵੀਡੀਓ ਉਸ ਵੀਰ ਵਾਸਤੇ, ਬਾਕੀ ਵੀਰ ਭੈਣ ਕੋਈ ਦੁੱਖ ਨਾ ਕਰਿਓ, ਸਿਰਫ ਉਹਨੇ ਹੀ ਮੈਨੂੰ ਇੱਦਾਂ ਦਾ ਕਮੈਂਟ ਕੀਤਾ ਸੀ, ਅਤੇ ਉਹਦੇ ਵਾਸਤੇ ਸਿਰਫ ਇਹ ਜਵਾਬ ਹੀ, ਜਾਂ ਤਾਂ ਫਿਰ ਉਹ ਆਪਣਾ ਕੋਈ ਆਪਣੀ ਫੋਟੋ ਲਾਉਂਦਾ ਆਈ ਡੀ ਦੇ ਉੱਤੇ, ਤਾਂ ਫਿਰ ਹੀ ਆਪਣੇ ਆਈ ਡੀ ਦੇ ਉੱਤੇ ਉਹਨੇ ਕੋਈ ਫੋਟੋ ਵੀ ਨਹੀਂ ਲਾਈ, ਇੱਕ ਛੋਟਾ ਜਿਹਾ ਬੇਬੀ ਸੀ, ਪਤਾ ਨਹੀਂ ਹੁਣ ਉਹ ਗੁੜੀਆ ਆ ਕਿ ਜਾਂ ਬੇਬੀ ਬੋਏ ਆ, ਅਤੇ ਉਹਦੀ ਫੋਟੋ ਲਾਈ ਸੀ। ਅਤੇ ਆਪਣੀ ਫੋਟੋ ਲਾਉਂਦਾ ਅਤੇ ਸ਼ਾਇਦ ਵੀਡੀਓ ਦੇ ਵਿੱਚ ਮੈਂਸ਼ਨ ਨਾਲ ਉਹ ਵੀ ਕਰ ਦਿੰਦੇ, ਪਰ ਉਹ ਹੁਣ ਹੈ ਨਹੀਂ ਸੀ, ਅਤੇ ਇਸ ਕਰਕੇ ਅਸੀਂ ਕਿਸੇ ਬੱਚੇ ਦੀ ਫੋਟੋ ਨਹੀਂ ਲਾ ਸਕਦੇ, ਠੀਕ ਹੈ ਨਾ। ਬਾਕੀ ਉਹਨੇ ਕਮੈਂਟ ਕੀਤਾ, ਜੇ ਗਾਂਹ ਕਰੂਗਾ ਕਮੈਂਟ ਤਾਂ ਫਿਰ ਠੀਕ ਆ, ਦੇਖ ਲਵਾਂਗੀ। ਅਤੇ ਹੋਰ ਦੱਸੋ ਜੀ, ਕਿੱਦਾਂ ਸਾਰੇ ਜਣੇ? ਠੀਕ ਠਾਕ ਵਧੀਆ। ਅਤੇ ਮੈਂ ਸੋਚਿਆ ਕਿ ਉਹਨਾਂ ਇਹ ਵੀਡੀਓ ਬਣਾਈ ਜਾਏ, ਦੱਸਿਆ ਜਾਏ ਵੀ ਕੁਛ ਕੁ ਵੀਰ ਭੈਣ ਜਿਹੜਾ ਵਾ ਇੱਦਾਂ ਦਾ ਹੁੰਦਾ ਵਾ, ਜਿਹੜਾ ਇੰਨਾ ਗੰਦਾ ਕਮੈਂਟ ਕਰ ਜਾਂਦਾ ਵਾ। ਚਲੋ ਉਹਨੇ ਕਮੈਂਟ ਕੋਈ, ਮੈਂ ਇਹ ਨਹੀਂ ਕਹਿੰਦੀ ਗੰਦਾ ਕੀਤਾ ਸੀ, ਪਰ ਉਹਨੇ ਮੈਨੂੰ ਕੀਤਾ ਸੀ ਕਮੈਂਟ ਕਿ ਤੂੰ ਐਨਕਾਂ ਲਾਈਆਂ ਜਾਂ ਕਿੱਦਾਂ ਲਾਈਆਂ। ਅਤੇ ਮਜਬੂਰੀ ਆ ਵੀਰ ਮੇਰੇ, ਐਨਕਾਂ ਲਾਉਣੀਆਂ ਖੁਸ਼ੀ ਵਾਸਤੇ ਕਦੀ ਵੀ ਨਹੀਂ ਕੋਈ ਲਾਉਂਦਾ, ਠੀਕ ਹੈ ਨਾ। ਜਿਸ ਦਿਨ ਸ਼ਾਇਦ ਤੇਰੀਆਂ ਹੋਣਗੀਆਂ ਤੈਨੂੰ ਪਤਾ ਲੱਗ ਜੂ ਵੀ ਕੀ ਮਜਬੂਰੀ ਆ। ਇਹ ਸਿਰਫ ਵੀਡੀਓ ਉਸ ਵੀਰ ਵਾਸਤੇ ਆ, ਬਾਕੀ ਮੈਂ ਇਹ ਤੋਂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ। ਅਤੇ ਕੱਲ੍ਹ ਵੈਸੇ ਵੀ ਮੇਰੀਆਂ ਜਿਹੜੀਆਂ ਅੱਖਾਂ ਵਾ ਬਹੁਤ ਖਰਾਬ ਸੀ, ਅੱਖਾਂ ਪੂਰੀ ਜਿਹੜੀ ਆ ਰੈਡਨੈਸ ਹੋ ਗਈਆਂ ਸੀ, ਬਹੁਤ ਦਰਦ ਹੋਣ ਡਿਆ ਸੀ। ਅਤੇ ਮੈਂ ਸੋਚਿਆ ਵੀ ਨਾਲੇ ਮੇਰੇ ਦਿਮਾਗ 'ਚ ਕੱਲ੍ਹ ਪਰਸੋਂ ਦੀ ਗੱਲ ਚੱਲਦੀ ਪਈ ਸੀ ਕਿ ਮੈਂ ਇਹ ਜਿਹੜੀ ਵੀਡੀਓ ਵਾ ਜ਼ਰੂਰ ਬਣਾਉਣੀ ਆ, ਅਤੇ ਸ਼ਾਇਦ ਉਹ ਵੀਰ ਜੇ ਵੇਖੋਗਾ ਨਾ ਤਾਂ ਫਿਰ ਮੈਨੂੰ ਦੱਸੀ, ਜਾਂ ਤੇਰਾ ਮਾਂ ਪਿਓ ਭੈਣ ਕੋਈ ਵੇਖੂਗੀ ਤਾਂ ਫਿਰ ਦੱਸੀ ਮੈਨੂੰ ਵੀ ਕਿੰਨਾ ਦੁੱਖ ਹੁੰਦਾ ਕਿਸੇ ਨੂੰ ਇੱਦਾਂ ਦਾ ਕਮੈਂਟ ਕਰਨਾ, ਠੀਕ ਆ ਨਾ। ਤੈਨੂੰ ਨਹੀਂ ਵੀਡੀਓ ਚੰਗੀ ਲੱਗਦੀ ਤਾਂ ਨਾ ਵੇਖੋ, ਮੈਂ ਤੁਹਾਨੂੰ ਮਜਬੂਰ ਥੋੜ੍ਹਾ ਵਾ, ਤੁਸੀਂ ਹਾਂ ਤੁਹਾਡੇ ਫੋਨ ਜਿਹੜਾ ਮੈਂ ਹੱਥ 'ਚ ਫੜਾਇਆ ਵਾ, ਅਤੇ ਤੁਸੀਂ ਜਿਹੜੀ ਆ ਵੀਡੀਓ ਵੇਖਣੀ ਵੇਖਣੀ ਆ, ਨਾ ਵੇਖੋ, ਠੀਕ ਆ ਨਾ। ਜਿਹਦਾ ਦਿਲ ਕਰਦਾ ਵਾ ਜੀ ਸਦਕੇ, ਜਿਹੜੇ ਪਿਆਰ ਕਰਦੇ ਆ ਦੇਖਦੇ ਆ, ਇਹ ਸਿਰਫ ਉਹਨਾਂ ਵਾਸਤੇ ਆ। ਜਿਹੜਾ ਨਹੀਂ ਵੇਖਣਾ ਚਾਹੁੰਦਾ, ਬੈਡ ਕਮੈਂਟ ਕਰਨਾ ਚਾਹੁੰਦਾ, ਨਾ ਵੇਖੇ ਵੀਡੀਓ, ਕੱਢ ਦੇ, ਹੋਰ ਕਿਹੜਾ ਫੋਨ 'ਚ ਕੁਛ ਨਹੀਂ ਹੈਗਾ ਵੇਖਣ ਨੂੰ, ਠੀਕ ਆ ਜੀ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।